ਹਾਂਜੀ ਕਿੱਦਾਂ ਸਾਰੇ ਤੇ ਤੱਥਾਂ ਵਾਲੀ ਵੀਡੀਓ ਆ ਜੀ ਸਾਰੇ ਸ਼ੇਅਰ ਕਰਿਓ ਕਿਉਂਕਿ ਐਡਮੈਂਟਨ ਆਇਆ ਹੋਇਆ ਸੋ ਫੋਨ ਤੋਂ ਹੀ ਮੈਂ ਦਿਖਾਉਣਾ ਚਾਹਨਾ ਤੇ ਇਸ ਚ ਗੱਲਾਂ ਬਹੁਤ ਵਧੀਆ ਤੇ ਇੱਕ ਆਪਣਾ ਪੰਜਾਬੀ ਸ਼ੇਅਰ ਹੋਇਆ ਜਿਸ ਦੇ ਬਾਰੇ ਅਸੀਂ ਪੰਜਾਬੀ ਭੁੱਲ ਚੁੱਕੇ ਹਾਂ ਤੁਸੀਂ ਸਭ ਤੱਕ ਪਹੁੰਚਾਉਣਾ ਭਾਰਤ ਦੀ ਸਭ ਤੋਂ ਪਹਿਲੀ 에ਅਰਲਾਈਨ ਸੀ ਜੀ ਟਾਟਾ 에ਅਰਲਾਈਨ ਜੋ ਕਿ 1932 ਚ ਟਾਟਾ ਨੇ ਸ਼ੁਰੂ ਕੀਤੀ ਸੀ ਤੇ ਟਾਟਾ ਦੇਖ ਲਓ ਕਿੰਨੇ ਪੈਸੇ ਵਾਲੇ ਸੀ ਅਜੇ ਵੀ ਪੈਸੇ ਵਾਲੇ ਤੇ ਉਸ ਟਾਟਾ ਨੂੰ ਹਰਾਇਆ ਸੀ ਇੱਕ ਸਿੰਘ ਨੇ ਜਿਸ ਕੋਲ ਪੈਸਾ ਵੀ ਨਹੀਂ ਸੀ ਤੇ ਕਿੱਥੇ ਹਰਾਇਆ ਸੀ ਸਾਰੇ ਪਾਸੇ ਦਿਖਾਇਓ ਆਸਟ੍ਰੇਲੀਆ 'ਚ ਝੰਡੇ ਝੂਲਦੇ ਉਸ ਸਿੰਘ ਤੇ ਜਿਹੜੀ ਆਸਟ੍ਰੇਲੀਆ ਸਰਕਾਰ ਸਾਨੂੰ ਪੰਜਾਬੀਆਂ ਨੂੰ ਆਉਣ ਨਹੀਂ ਦਿੰਦੀ ਉਸ ਸਿੰਘ ਨੂੰ ਆਸਟ੍ਰੇਲੀਆ ਦੀ ਸਰਕਾਰ ਸਲਾਮਾ ਕਰਦੀ ਹੈ ਦੇਖ ਸਕਦੇ ਆ ਜੀ ਜੋ ਕਿ ਬਾਅਦ 'ਚ 에어 ਇੰਡੀਆ ਬਣ ਗਈ ਸੀ ਭਾਰਤ ਦੀ ਪਹਿਲੀ 에어ਲਾਈਨ ਸੀ ਟਾਟਾ 에어ਲਾਈਨ 1932 'ਚ ਸ਼ੁਰੂ ਹੋਈ ਸੀ 1946 'ਚ 에어 ਇੰਡੀਆ ਹੋ ਗਈ ਸੀ ਓਕੇ ਜੀ ਤੇ ਅੱਗੇ ਦਿਖਾਉਣਾ 1 ਸੈਕਿੰਡ ਰੁਕਿਓ ਜੀ ਹਿੰਦੀ 'ਚ ਸਵਾਲ ਤੇ ਵੀ ਸ਼ੇਅਰ ਕਰ ਦਵਾ 1 ਸੈਕਿੰਡ ਰੁਕਿਓ ਹਨਾ ਤੇ ਫਿਰ ਤੁਹਾਨੂੰ ਦਿਖਾਣਾ ਜੀ ਤੇ ਸਾਰੇ ਹੀ ਦਿਖਾਇਓ ਬਦੋ ਬਦ ਸੌਰੀ ਸਾਈਡ ਨੂੰ ਫੋਨ ਕੀਤਾ ਮਗਾ ਪਾਸਵਰਡ ਨਾਲ ਕੁਝ ਦੇਖ ਲਵੇ ਤੇ ਕਿਸ ਇਸ ਸਿੰਘ ਜੀ ਦਾ ਕਿਸੇ ਨੇ ਨਹੀਂ ਦਿਖਾਇਆ ਕਿਸੇ মিডিਆ ਨੇ ਨਹੀਂ ਹੁਣ ਤੁਸੀਂ ਪੰਜਾਬੀਓ ਹਰ ਇੱਕ ਫੋਨ ਚ ਪਹੁੰਚਾਉਣਾ ਆ ਵੀ ਜਿਹੜਾ ਆਸਟ੍ਰੇਲੀਆ ਸਾਨੂੰ ਆਉਣ ਨਹੀਂ ਦਿੰਦਾ ਹਨਾ ਵੀ ਉਹੀ ਆਸਟ੍ਰੇਲੀਆ ਉਸ ਸਿੰਘ ਸਾਹਿਬ ਜੀ ਨੂੰ ਸਲੂਟ ਸਲੂਟਾਂ ਕਰਦਾ ਸਲੂਟ ਕਿਉਂਕਿ ਵਾਰਲਡ ਵਾਰ ਚ ਸ਼ਹੀਦ ਹੋਏ ਸੀਗੇ ਉਹ ਤੇ ਓਕੇ ਜੀ ਹੋ ਗਿਆ ਸ਼ੇਅਰ ਤੇ ਸੌਰੀ ਹਨਾ ਤੇ ਥੋੜਾ ਜਿਹਾ ਇੱਕ ਸਕਿੰਟਾ ਤੇ ਹਲੋ ਜੀ ਦੇਖੋ ਜੀ ਬ੍ਰਿਟਿਸ਼ ਇੰਗਲੈਂਡ ਦੀਆਂ ਖ਼ਵਾਰਾਂ ਚ ਵੀ ਬ੍ਰਿਟਿਸ਼ ਦੇ ਬ੍ਰਿਸਟਲ ਟਾਈਮਜ਼ ਇੰਪ੍ਰੈਸਿਵ ਕੈਰੀਅਰ ਆਫ ਦਾ ਅਨਸੰਗ ਮਿਸਟਰ ਸਿੰਘ ਅਨਸੰਗ ਮਿਸਟਰ ਸਿੰਘ ਭਾਈ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਯਾਰ ਮਤਲਬ ਹਨਾ ਲੁਕੇ ਹੋਏ ਰਹ ਗਏ ਇਹ ਸਿੰਘ ਜਿਨ੍ਹਾਂ ਨੇ ਕਾਰਨਾਮੇ ਕੀਤੇ ਇਹਨਾਂ ਦਾ ਨਾਂ ਸੀ ਜੀ ਮਨਮੋਹਨ ਸਿੰਘ ਪਾਇਲਟ ਮਨਮੋਹਨ ਸਿੰਘ ਜੀ ਇਹਨਾਂ ਨੇ ਕੀ ਕੀ ਕਾਰਨਾਮੇ ਕੀਤੇ ਤੁਹਾਨੂੰ ਦਿਖਾਉਣੇ ਆ ਤੇ ਸਭ ਤੋਂ ਵੱਡੀ ਗੱਲ ਭਾਈ ਜੀ ਆਸਟ੍ਰੇਲੀਆ ਚ ਹਾਂਜੀ ਸਹੀ ਸੁਣਿਆ ਤੁਸੀਂ ਆਸਟ੍ਰੇਲੀਆ 'ਚ ਇਹਨਾਂ ਦਾ ਸਪੈਸ਼ਲ ਸਨਮਾਨ ਕੀਤਾ ਹੋਇਆ ਮੈਮੋਰੀਅਲ 'ਚ ਇਹਨਾਂ ਦਾ ਨਾਂ ਲਿਖਿਆ ਹੋਇਆ ਦੇਖ ਸਕਦੇ ਆਂ ਜੀ ਗੋਰਿਆਂ ਦੇ ਵਿੱਚ ਇਹਨਾਂ ਦਾ ਨਾਂ ਲਿਖਿਆ ਹੋਇਆ ਆ ਦੇਖ ਸਕਦੇ ਆਂ ਪਾਇਲਟ ਆਫੀਸਰ ਐਮ ਐਮ ਸਿੰਘ ਮਨਮੋਹਨ ਸਿੰਘ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਸੌਰੀ ਹੈਨਾ ਵੀਡੀਓ ਹੁਣ ਟੀਵੀ ਹੈ ਨਹੀਂ ਇਦਾਂ ਹੀ ਤੱਥਾਂ ਵਾਲੀ ਵੀਡੀਓ ਪਾਉਣੀ ਸੀ ਮੈਂ ਕਿਹਾ ਵੀਡੀਓ ਤੋਂ ਬਿਨਾ ਸੌਣਾ ਨਹੀਂ ਹੈਨਾ ਤੇ ਬਾਈ ਜੀ ਇੱਕ ਕੌਂਟੈਸਟ ਹੋਇਆ ਸੀ 1929 'ਚ ਲੰਡਨ ਤੋਂ ਇੰਡੀਆ ਦੀ ਫਲਾਈਟ ਤਿੰਨ ਜਣਿਆਂ ਨੇ ਭਾਗ ਲਿਆ ਸੀ ਉਹ 'ਚ ਮਨਮੋਹਨ ਸਿੰਘ ਵੀ ਸੀਗੇ ਦੇਖ ਸਕਦੇ ਆਂ ਜੀ ਤੇ ਐਸਪੀ ਇੰਜੀਨੀਅਰ ਸੀ ਤੇ ਸੀ ਟਾਟਾ ਹੈਨਾ ਜੀ ਆਰਡੀ ਟਾਟਾ ਜਿਹ ਹੈ ਜਹਾਂਗੀਰ ਰਤਨ ਟਾਟਾ ਹੈਨਾ ਸੋ ਇਹ ਜਿਹੜਾ ਰਤਨ ਟਾਟਾ ਇਹ ਨਹੀਂ ਇਹਨਾਂ ਦਾ ਪਹਿਲਾ ਬਜ਼ੁਰਗ ਜਿਹੜਾ ਅੱਜ ਦੇ ਦਿਨ 1904 ਚ ਪੈरिस ਚ ਪੈਦਾ ਹੋਇਆ ਸੀ ਤੇ ਸਵਿਟਜ਼ਰਚ ਮੌਤ ਹੋਈ ਸੀ ਇੰਨਾ ਪੈਸਾ ਸੀ ਨਾ ਬੰਦੇ ਕੋਲ ਜੇ ਵੀ ਹੈਗਾ ਦੇਖ ਸਕਦੇ ਆ ਜੀ ਤਿੰਨ ਜਣੇ ਨੇ ਭਾਗ ਲਿਆ ਸੀ ਟਾਟਾ ਸੀ ਮਨਮੋਹਨ ਸਿੰਘ ਦੀ ਤੇ ਐਸਪੀ ਇੰਜੀਨੀਅਰ ਸੀ ਤੇ ਆਪਣੇ ਮਨਮੋਹਨ ਸਿੰਘ ਜੀ ਪਹੁੰਚੇ ਸੀਗੇ ਸਭ ਤੋਂ ਪਹਿਲਾਂ ਇੰਗਲੈਂਡ ਤੋਂ ਕਰਾਚੀ 30 ਦਿਨਾਂ ਚ ਹਾਂਜੀ ਸਹੀ ਸੁਣਿਆ ਤੁਸੀਂ ਬਾਇਆ ਇਟਲੀ ਉਸ ਸਮੇਂ 30 ਦਿਨ ਇਹਨਾਂ ਨੂੰ ਲੱਗੇ ਸੀਗੇ ਤੇ ਟਾਟਾ ਨੂੰ ਵੀ ਹਰਾਤਾ ਸੀ ਸਿੰਘ ਜੀ ਨੇ ਟਾਟਾ ਕੋਲ ਇੰਨਾ ਪੈਸਾ ਸਾਰੀਆਂ ਸੁੱਖ ਸਹੂਲਤਾਂ ਸਾਧਨ ਸੀ ਪਰ ਤਾਂ ਵੀ ਟਾਟਾ ਨੂੰ ਹਰਾਤਾ ਸੀਗਾ ਦੇਖ ਸਕਦੇ ਆ ਪਰ ਇਹਨਾਂ ਨੇ ਮਤਲਬ ਜਿਹੜੀ ਕਮੇਟੀ ਨੇ ਫੈਸਲਾ ਕੀਤਾ ਸੀ ਇੰਜੀਨੀਅਰ ਐਸ ਪੀ ਐਂਜੀਨੀਅਰ ਨੂੰ ਵਿਜੇਤਾ ਦੇ ਦਿੱਤਾ ਸੀ ਹੈਨਾ ਦੇਖ ਸਕਦੇ ਆ ਜੀ ਐਸ ਪੀ ਇੰਜੀਨੀਅਰ ਕਰਾਚੀ ਪਹੁੰਚਿਆ ਸੰਡੇ ਨੂੰ ਤੇ ਮਨਮੋਹਨ ਸਿੰਘ ਜੀ ਸੈਟਰਡੇ ਨੂੰ ਪਹੁੰਚ ਗਏ ਸੀਗੇ ਪਰ ਇਹਨਾਂ ਨੇ ਮਨਮੋਹਨ ਸਿੰਘ ਜੀ ਨੂੰ ਵਿਜੇਤਾ ਨਹੀਂ ਦਿੱਤਾ ਸੀ ਤੇ 500 ਪਾਉਂਡ ਦਾ ਨਾਮ ਇਹਨਾਂ ਨੇ ਦੂਜੇ ਬੰਦੇ ਨੂੰ ਦੇ ਦਿੱਤਾ ਹਨਾ ਤੇ ਗਾਂ ਹੋਰ ਦਿਖਾਉਣੇ ਆ ਤੁਹਾਨੂੰ ਤੇ ਇੱਕ ਸਕਿੰਟ ਸੌਰੀ ਹਨਾ ਤੇ ਬਾਕੀ ਦੇਖ ਸਕਦੇ ਆ ਜੀ ਮਨਮੋਹਨ ਸਿੰਘ ਜੀ ਨੂੰ ਜਗ੍ਹਾ ਜਗ੍ਹਾ ਸਨਮਾਨਤ ਕੀਤਾ ਜਾਂਦਾ ਸੀ ਮੈਨੂੰ ਤਾਂ ਇੰਦਰਾ ਗਾਂਧੀ ਲੱਗੀ ਜਾਂਦੀ ਪਏ ਇੰਦਰਾ ਗਾਂਧੀ ਤਾਂ ਉਸ ਵੇਲੇ ਜੰਮੀ ਵੀ ਨਹੀਂ ਸੀਗੀ ਤੇ ਦੇਖ ਸਕਦੇ ਆ ਜੀ ਕਿੱਦਾਂ ਹਨਾ ਗੋਰੇ ਗੋਰੀਆਂ ਸਨਮਾਨਤ ਕਰਦੇ ਸੀਗੇ ਭਈ ਆਪਾਂ ਭੁੱਲ ਗਏ ਯਾਰ ਆਪਣੀ ਕੌਮ ਚ ਪਾਇਲਟ ਸਭ ਤੋਂ ਜ਼ਿਆਦਾ ਭਾਰਤ ਦੇਸ਼ 'ਚ ਸਾਡੇ ਪੰਜਾਬੀ ਹੋਏ ਆ ਹਨਾ ਉਹਨਾਂ ਸਾਰਿਆਂ ਦਾ ਮੈਂ ਇਤਿਹਾਸ ਦਿਖਾਉਂਗਾ ਤੁਸੀਂ ਗਾਂ ਦੀ ਗਾਂ ਪਹਚਾਉਣਾ ਦੇਖ ਸਕਦੇ ਆ ਨਵੰਬਰ 1929 'ਚ ਦੇਖ ਸਕਦੇ ਆ ਹਨਾ ਆਗਾ ਖਾਨ ਕੌਂਟੈਸਟ ਕਰਾਇਆ ਸੀ 500 ਬੌਂਡ ਨਾਮ ਸੀ ਦੇਖ ਸਕਦੇ ਆ ਟਾਟਾ 에ਅਰਲਾਈਨ ਜਿਹਨੇ ਬਣਾਈ ਸੀ ਜੀਆਰਡੀ ਟਾਟਾ ਐਸਪੀ ਇੰਜੀਨੀਅਰ ਤੇ ਉਹ ਇੰਡੀਅਨ 에ਅਰ ਫੋਰਸ ਦਾ ਮਤਲਬ ਹੈੱਡ ਨਿਯੁਕਤ ਹੋਇਆ ਸੀ ਐਸਪੀ ਇੰਜੀਨੀਅਰ ਹਨਾ ਇਹਨਾਂ ਦੋਨਾਂ ਨੂੰ ਖਰਾਇਆ ਸੀ ਟਾਟਾ ਟਾਟਾ ਤੇ ਐਸਪੀ ਇੰਜੀਨੀਅਰ ਨੂੰ ਮਨਮੋਹਨ ਸਿੰਘ ਜੀ ਨੇ ਪਰ ਉਹੀ ਗੱਲ ਆ ਵਿਜੇਤਾ ਉਹ ਨਹੀਂ ਹੋਰ ਨੂੰ ਦੇ ਦਿੱਤਾ ਤੇ ਬਾਕੀ ਅੱਜ ਦੇ ਦਿਨ NASA ਕ੍ਰੀਏਟ ਹੋਈ ਸੀ NASA ਤੁਹਾਨੂੰ ਸਭ ਨੂੰ ਪਤਾ ਹੀ ਆ ਅਮਰੀਕਾ ਦੀ ਕੀ ਕਰਦੀ ਆ ਜੀ ਇਹ ਬਰੂਸ ਮਕੇਂਡਲਸ 1984 ਚ NASA ਵਾਲਿਆਂ ਦਾ ਇੱਕ ਸਪੇਸ ਵਾਲਾ ਦੇਖ ਸਕਦੇ ਆ ਜੀ ਬਿਨਾ ਕਿਸੇ ਰੱਸੀ ਤੋਂ ਬਿਨਾ ਕਾਸੇ ਤੋਂ ਸਪੇਸ ਤੇ ਉੱਡਿਆ ਫਿਰਦਾ ਭੀ 1984 ਚ ਗੋਰਿਆਂ ਨੇ ਕਿਹੜੇ ਕੰਮ ਕਰਤੇ ਸੀ ਤੇ ਆਪਾਂ ਕਿਹੜੀਆਂ ਗੱਲਾਂ ਪਿੱਛੇ ਲੜੀ ਜਾਂਦੇ ਆ ਦਰਅਸਲ 4 ਨਵੰਬਰ 1957 ਨੂੰ ਰਸ਼ੀਆ ਨੇ ਪਹਿਲਾ ਸੈਟੇਲਾਈਟ ਸਪੁਤਨਿਕ 1 ਭੇਜਤਾ ਸੀ 3 4 4 ਅਕਤੂਬਰ 1957 ਨੂੰ ਪਹਿਲਾ ਭੇਜਤਾ 3 ਨਵੰਬਰ 1957 ਨੂੰ ਦੂਜਾ ਭੇਜਤਾ ਤੇ ਅਮਰੀਕਾ ਵਾਲੇ ਕਹਿੰਦੇ ਹੁਣ ਕੀ ਕਰੀਏ ਫਿਰ ਅਮਰੀਕਾ ਨੇ ਜਨਵਰੀ 58 ਚ ਪਹਿਲਾ ਸੈਟੇਲਾਈਟ ਭੇਜਿਆ ਸੀ ਤੇ 29 ਜੁਲਾਈ 1958 ਨੂੰ NASA ਦੀ ਕ੍ਰिएशन ਹੋਈ ਸੀ NASA ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੀ ਕਾਰਜ ਕਰਦੀ ਆ ਤੇ ਕਿੱਥੇ ਦੀ ਆ ਹਨਾ ਤੇ ਇਹ ਦੇਖੋ ਜੀ ਇਹ ਸਪੁਤਨਿਕ 1 ਦੁਨੀਆ ਦਾ ਸਭ ਤੋਂ ਪਹਿਲਾ ਸੈਟੇਲਾਈਟ ਰਸ਼ੀਆ ਨੇ ਭੇਜਿਆ ਸੀ ਏ ਦੀ ਸ਼ੇਪ ਸੀ ਉਹ ਪਿੱਛੇ ਤੁਸੀਂ ਚੰਨ ਦੇਖ ਸਕਦੇ ਹੋ ਸਪੁੱਤਨੀ ਕੋ ਬੰਨ ਭੇਜਿਆ ਸੀਗਾ ਸਪੁੱਤਨੀ ਕੋ ਬੰਨ ਤੇ ਸਪੁੱਤਨੀ ਕੁ ਟੂਜ ਕੁੱਤੇ ਪਾਗੇ ਭੇਜੇ ਸੀ ਹਨਾ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਹੋਰ ਇੱਕ ਸਕਿੰਟ ਰੁਕੋ ਜੀ ਤੇ ਹੋਰ ਬਾਕੀ ਇਹ ਤਸਵੀਰਾਂ ਸਭ ਜਗ੍ਹਾ ਦਿਖਾਓ ਤੇ ਅੱਜ ਦੇ ਦਿਨ ਮੇਰੀ ਮਨਪਸੰਦ ਬਚਪਨ ਤੋਂ ਲੇਡੀ ਡਾਇਨਾ ਡਿਆਨਾ ਦੀ ਮੈਰਿਜ 1981 ਚ ਪ੍ਰਿੰਸ ਚਾਰਲਸ ਨਾਲ ਹੋਈ ਸੀ ਤੇ ਇਹਦੇ ਦੋ ਮੁੰਡੇ ਹੈਰੀ ਤੇ ਵਿਲੀਅਮ ਸਭ ਨੂੰ ਪਤਾ ਹੀ ਆ ਹਨਾ ਪਰੀ ਸੀ ਯਾਰ ਇਹ ਪਰੀ ਸੀ ਪਰੀ ਸੀ ਪਰੀ ਸੀਗੀ ਇਹ ਇਨਸਾਨ ਨਹੀਂ ਸੀ ਪਰੀ ਸੀਗੀ ਮਤਲਬ ਇਹਨੇ ਚੰਗੇ ਕੰਮ ਹੀ ਇੰਨੇ ਕੀਤੇ ਮੈਂ ਬਚਪਨ ਤੋਂ ਹੀ ਖ਼ਵਾਰਾਂ ਜਿਹਦੇ ਬਾਰੇ ਬਹੁਤ ਪੜਿਆ ਮੇਰੀ ਮਨਪਸੰਦ ਸੀ ਪਰ ਪੈਰਿਸ 'ਚ ਇਸ ਨੂੰ ਵਿਚਾਰੀ ਨੂੰ ਐਕਸੀਡੈਂਟ ਕਰਾ ਕੇ ਮਰਵਾ ਦਿੱਤਾ ਗਿਆ ਤੇ ਇੱਕ ਹੋਰ ਤੁਹਾਨੂੰ ਦਿਖਾਉਣਾ ਜੀ ਇਹਦੇ ਬਾਰੇ ਵੀ ਦੱਸਿਓ ਮੋਦੀ ਦੁਨੀਆ ਦਾ ਪਹਿਲਾ ਨੇਤਾ ਬਣ ਗਿਆ ਜਿਹਦੀਆਂ 7 ਕਰੋੜ ਪੇਡਾਂ ਪ੍ਰਸ਼ੰਸਕ ਆ ਗਏ 70 ਮਿਲੀਅਨ ਫਾਲੋਅਰ ਹੋ ਗਏ ਮੋਦੀ ਦੇ ਟਵਿੱਟਰ ਤੇ 7 ਕਰੋੜ ਤੇ ਤੁਸੀਂ ਦੱਸਿਓ ਜੀ ਇਸ ਬਾਰੇ ਤੁਹਾਡੇ ਕੀ ਵਿਚਾਰ ਆ ਹਨਾ ਵੀ ਜੇ ਕਿਸੇ ਦੇ 7 ਕਰੋੜ ਫੋਲੋਅਰ ਹੋ ਗਏ ਇਹਦਾ ਮਤਲਬ ਇਹ ਨਹੀਂ ਕਿ ਉਹ ਚੰਗਾ ਹੀ ਆ ਹਨਾ ਤੇ ਦੁਨੀਆ ਦਾ ਪਹਿਲਾ ਨੇਤਾ ਬਣ ਗਿਆ ਜਿਹਦੇ 7 ਕਰੋੜ ਫੋਲੋਅਰ ਆ ਹੁਣ ਭਰਾਵੋ ਆਬਾਦੀ ਦੇਸ਼ ਦੀ 130 ਕਰੋੜ ਆ ਜਿੱਚੋ 7 ਕਰੋੜ ਫੋਲੋਅਰ ਹੋ ਗਏ ਕੋਈ ਏਡੀ ਵੱਡੀ ਗੱਲ ਵੀ ਹੈ ਨਹੀਂਗੀ ਹਨਾ ਜਿੰਨਾ ਹੋ ਹੱਲਾ ਮਚਾਇਆ ਆ ਭੇਡਾਂ ਨੇ ਆਵਾਜ਼ ਤਾਂ ਇਹਨਾਂ ਦੀ ਕੱਢਾਂਗੇ ਭਾਵੇਂ ਥੱਕਿਆਂ ਜੇ ਸੌਣਾ ਆ ਹਨਾ ਥੱਕਿਆਂ ਟਾਇਰਡ ਹੋਇਆ ਪਿਆ ਆ ਪਰ ਭੇਡਾਂ ਦੀ ਆਵਾਜ਼ ਕੱਢੇ ਬਿਨਾਂ ਆਪਾਂ ਸੌਣਾ ਨਹੀਂ ਤੇ ਬਾਕੀ ਜਾਂਦੇ ਜਾਂਦੇ ਟਾਈਮ ਵੀ ਲਿਖਿਆ ਹੁੰਦਾ ਬਾਈ ਜੀ ਸਵੇਰ ਦੇ 10:30 ਹੋ ਗਏ ਇੱਥੇ ਡਮਿੰਟਨ ਚ ਸੋ ਦੋਗ ਦਿਨ ਇੱਥੇ ਹੀ ਆ ਜੀ ਕਿਸੇ ਵੀਰ ਭਰਾ ਨੇ ਮਿਲਣਾ ਮਿਲ ਸਕਦੇ ਆ ਜਾਂਦੇ ਜਾਂਦੇ ਹਰ ਹਰ ਮੋਦੀ ਗਰਗਰ ਮੋਦੀ ਪੁੱਠੇ ਕੰਮ ਨਾ ਕਰ ਕਰ ਮੋਦੀ ਨਹੀਂ 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 ਬਾਈ ਆਵਾਜ਼ ਹੀ ਨਿਕਲਦੀ ਢੇਡ ਥੱਕ ਗਈ ਆ ਤੇ ਸਾਰੇ ਇਹ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਜੀ ਲਿੰਕ ਪਾਇਆ ਉਹਨੂੰ ਵੀ ਕਲਿੱਕ ਕਰਦੇ ਹੋ ਸਾਰਿਆਂ ਤਸ਼ਰੀਕਾਲ ਪੇਡਾ ਦਿਖਾ ਲਿੰਦੀ ਸੋਹਾਲ ਵੀਡੀਓ ਸ਼ੇਅਰ ਕਰਦੇ ਹੋ ਤੇ ਲਿੰਕ ਕਲਿੱਕ ਕਰਦੇ ਹੋ ਸ਼ੁਕਰੀਆ